ਸਾਡਾ ਜਦੋਂ ਕੋਈ ਮਾਰਿਆ ਜਾਂਦਾ ਹੈ ਅਸੀਂ ਉਹਨੂੰ ਸ਼ਹੀਦ ਕਹਿ ਦਿੰਦੇ ਹਾਂ। ਚਲੋ ਸ਼ਹੀਦੀ ਕਹਿਣਾ ਹੁੰਦਾ ਪਰ ਉਹ ਸਾਡੇ ਕਤਲ ਕਰਦੇ ਨੇ। ਕੋਈ ਬੰਦਾ ਸਾਡਾ ਖੁਦ ਕੁਝ ਨਹੀਂ ਕਰਦਾ, ਉਹ ਕਤਲ ਕਰਦੇ ਨੇ ਸਾਡੇ। ਇਹ ਸਾਡੇ ਕਤਲ ਜਿਹੜੇ ਨੇ ਮੈਂ ਪਿੱਛੇ ਛੱਡ ਵੀ ਦਿਆਂ, ਸਾਨੂੰ 1947 ਤੋਂ ਬਾਅਦ ਲਗਾਤਾਰ ਸਾਡਾ ਕਤਲ ਕੀਤਾ ਜਾ ਰਿਹਾ ਹੈ। ਸਰਕਾਰ ਕੋਈ ਵੀ ਹੋਵੇ, ਪ੍ਰਕਾਸ਼ ਸਿੰਘ ਬਾਦਲ ਜਿਹੜਾ ਇੱਕ ਅਕਾਲੀ ਪਾਰਟੀ ਦੇ ਨਾਂ ਤੇ ਲੀਡਰ ਬਣਿਆ, ਸਿੱਖ ਖੂਨ ਦੇ ਨਾਤੇ ਸਭ ਤੋਂ ਪਹਿਲਾਂ ਕਤਲੋਗਾਰ ਉਹਨੇ ਸ਼ੁਰੂ ਕੀਤੀ। ਸਾਡੇ ਕਾਲਜਾਂ ਦੇ ਮੁੰਡਿਆਂ ਨੂੰ ਨੈਕਸ ਲਈ ਕੇ ਕੇ ਕਤਲ ਕੀਤਾ। ਮੈਂ ਉਹਨਾਂ ਦੇ ਨਾਂ ਭੁੱਲ ਜਾਵਾਂਗਾ, ਮੈਨੂੰ ਚੰਗੀ ਤਰ੍ਹਾਂ ਯਾਦ ਆ ਜਿਹੜੇ ਮੁੰਡੇ ਇਹਨਾਂ ਨੇ ਪੁਲਿਸ ਤੋਂ ਫੜ ਕੇ ਕਤਲ ਕਰਾਏ। ਅੱਜ ਦੀ ਜੇ ਗੱਲ ਕਰੀਏ, ਅੰਮ੍ਰਿਤਪਾਲ ਕੀ ਗੱਲ ਕਰ ਰਿਹਾ ਸੀ? ਉਹ ਗੱਲ ਦੇਖ ਰਿਹਾ ਸੀ ਪਿੰਡਾਂ 'ਚ ਜਾ ਕੇ, ਇਲਾਕੇ 'ਚ ਜਾ ਕੇ ਨਸ਼ੇ ਛਡਾ ਰਿਹਾ ਸੀ। ਨਸ਼ੇ ਛੇਨੇ ਨਹੀਂ ਆਉਂਦੇ, ਨਸ਼ੇ ਇਹਨਾਂ ਸਾਸਿਆਂ ਨੂੰ ਨਹੀਂ ਆਉਂਦੇ। ਸਾਡਾ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਢੰਗ ਨਾਲ ਕਤਲੇਆਮ ਹੋ ਰਿਹਾ। ਕੋਈ ਵੀ ਜੋ ਆ 84 ਤੋਂ ਬਾਅਦ ਕੋਈ ਵੀ ਗੈਰਮਤ ਨੌਜਵਾਨ ਸਾਡਾ ਛੱਡਿਆ ਨਹੀਂ, ਪੁਲਿਸ ਨੇ ਫੜ 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 ਮਾਰੇ ਤੇ ਹੁਣ ਵੀ ਉਹ ਸਿਲਸਿਲਾ ਜਾਰੀ ਆ। ਗੈਂਗਸਟਰਾਂ ਦੇ ਨਾਂ ਤੇ ਕਤਲ ਹੋ ਰਿਹਾ, ਨਸ਼ੇ ਦੇ ਕੇ ਸਾਡੇ ਲੋਕ ਮਾਰੇ ਜਾ ਰਹੇ ਆ। ਦੂਜੀ ਗੱਲ, ਆ ਜਿਹੜਾ ਮਾਰ ਹੈਗਾ ਭਗਵੰਤ ਮਾਨ ਚਿੱਤਲੇ ਬਾਟਿਆ, ਇਹ ਕੋਈ ਕਾਬਲੀਅਤ ਨਾਲ ਮੁੱਖ ਮੰਤਰੀ ਨਹੀਂ ਬਣਿਆ। ਅਸੀਂ ਅੱਗੇ ਸੀ, ਅਸੀਂ ਅੱਗੇ, ਸਾਡੇ ਕੋਲ ਆਪਸ਼ਨ ਹੀ ਨਹੀਂ ਸੀ। ਆਪਸ਼ਨ ਨਾ ਹੋਣ ਦੇ ਬਾਅਦ ਇਹ ਸਾਰੇ ਲੋਕਾਂ ਨੂੰ ਵੋਟਾਂ ਪਾਈਆਂ ਤੇ ਇਹਨੂੰ ਮੁੱਖ ਮੰਤਰੀ ਬਣਾਇਆ। ਇਹ ਮੁੱਖ ਮੰਤਰੀ ਬਣਦਿਆਂ ਹੀ ਸੈਂਟਰ ਤੇ ਕੇਜਰੀਵਾਲ ਦੇ ਉੱਤੇ ਪੁੱਛੀਆਂ ਮਾਰਨ ਲੱਗ ਪਿਆ। ਇੱਕ ਇਹੋ ਜਿਹੇ ਨੱਚਣ ਚਾਉਣ ਵਾਲੇ ਬੰਦੇ ਰਾਜ ਕਰ ਸਕਦੇ ਆ? ਇੱਕ ਅਨਪੜ੍ਹ ਗਿਆ ਬੰਦਾ ਚੱਕਲੇ ਬਾਜ ਉੱਥੇ ਬਹਿ ਗਿਆ ਤੇ ਇਹਨੇ ਆਉਂਦਿਆਂ ਹੀ ਸਿੱਖਾਂ ਦੇ ਤਲਵਾਰ ਫੜ ਲਈ। ਮੈਂ ਦੁਬਾਰਾ ਬੇਨਤੀ ਕਰੂੰਗਾ ਇੱਥੇ ਬੈਠੀਆਂ ਏਜੰਸੀਆਂ ਨੂੰ ਤੇ ਉਹਨਾਂ ਨੂੰ ਜਿਹੜੇ ਤੁਸੀਂ ਦਫ਼ਤਰਾਂ 'ਚ ਬਹਿ ਕੇ ਉੱਥੇ ਬੜੇ ਬੜੀਆਂ ਸਕੀਮਾਂ ਬਣਾਉਂਦੇ ਜੇ, ਇਹ ਤੁਹਾਡੀਆਂ ਕਦੀ ਵੀ ਕਾਮਯਾਬ ਨਹੀਂ ਹੋਣੀਆਂ। ਤੇ ਅਸੀਂ ਸਜ਼ਾ ਕਤਲ ਕਰਵਾ ਕੇ ਆਪਣੇ ਬੱਚੇ ਤੇ ਸ਼ਹੀਦੀ ਦਿਹਾੜੇ ਨਹੀਂ ਮਨਾਉਂਦੇ ਰਹਾਂਗੇ। ਅਸੀਂ ਤੁਹਾਡੇ ਨਾਲ ਲੜ ਕੇ ਮਰਾਂਗੇ, ਬਦਲਾ ਲਵਾਂਗੇ ਅਸੀਂ ਤੁਹਾਡੇ ਕੋਲ। ਜਿਹੜੇ ਸਿੱਖੀ ਭੇਜ ਕੁਝ ਲੋਕ ਇਸ ਕੌਮ 'ਚ ਦੇ ਲੀਡਰ 'ਚ ਬੜੇ ਆ, ਉਹਨਾਂ ਸਭ ਤੋਂ ਜ਼ਿਆਦਾ ਸਾਡਾ ਘਾਣ ਕੀਤਾ। ਜੇ ਮੇਰੇ ਵਰਗੇ ਮਰੇ ਬੰਦੇ ਨੂੰ ਪੀੜਿਆ ਨਾ, ਤੇ ਮੇਰੇ ਨੂੰ ਸਾਰੇ ਸਿੱਖ ਤੇ ਤਗੜੇ ਨੇ, ਸਾਰਿਆਂ ਨੂੰ ਦੁੱਖਿਆ ਮੱਤ ਭੁੱਲੋ ਵੀ ਅਸੀਂ ਚਾਈਨਾ ਦੇ ਪਾਕਿਸਤਾਨ ਨਾਲ ਗੱਲਾਂ ਗੱਲਾਂ ਸਿੱਧੀਆਂ ਕਰਾਂਗੇ। ਟੋਕਾ ਮਰਿਆ ਤੇ ਅਸੀਂ ਤੁਹਾਡੇ ਨਾਲ ਸਿੱਧੀਆਂ ਕਰਾਂਗੇ। ਐ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਮਰਨ ਦਿਆਂਗੇ। ਤੁਸੀਂ ਪਹਿਲਾਂ ਸਾਰੀ ਦੁਨੀਆ ਨੂੰ ਜਾਣਦੀ ਹੈ ਬਾਹਰਲੇ ਦੇਸ਼ਾਂ 'ਚ ਜਾ ਕੇ ਤੁਸੀਂ ਕਤਲ ਕਰਾਉਂਦੇ ਹੋ, ਇੱਥੇ ਤੁਸੀਂ ਕਤਲ ਕਰਾਉਂਦੇ ਹੋ। ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਨਾਸੀ ਤੁਸੀਂ ਦੇ ਦੇਗੇ ਤੁਹਾਡੇ। ਗੁਰੂਆਂ ਦੀ ਧਰਤੀ ਤੇ ਬੈਠੇ ਮੇਰੇ ਭੈਣੋ ਭਰਾਓ ਤੇ ਬਜ਼ੁਰਗੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੁਆਫੀ ਮੰਗਣਾ ਆਪਣੇ ਸਾਰੇ ਭੈਣ ਭਰਾਵਾਂ ਤੋਂ। ਆ ਬਾਹਰ ਹੀ ਚੈੱਕ ਕਰਾਇਆ, ਮੈਂ ਇੱਥੇ ਕਈ ਦਿਨ ਤੋਂ ਨਹੀਂ ਆ ਸਕਿਆ, ਚਾਹ ਕੇ ਵੀ ਮੇਰਾ ਐਕਸੀਡੈਂਟ ਹੋ ਗਿਆ ਸੀ, ਉਹਦੇ 'ਚ ਮੇਰੀਆਂ 3 ਪਸਲੀਆਂ ਟੁੱਟੀਆਂ ਨੇ, ਫ੍ਰੈਕਚਰ ਨੇ। ਹੁਣ ਵੀ ਮੈਂ ਬਾਹਰ ਚੈੱਕ ਕਰਾਇਆ ਸੀ, ਮੈਨੂੰ 102 ਬੁਖਾਰ ਸੀ। ਅਤੇ ਮੈਂ ਮਾਫੀ ਚਾਹਵਾਂਗਾ ਵੀ ਮੈਂ ਕਈ ਗੱਲਾਂ ਨਹੀਂ ਕਹਿ ਸਕਾਂਗਾ, ਪਰ ਫਿਰ ਵੀ ਮੈਂ ਆਪਣੀ ਪ੍ਰਧਾਨ ਜੀ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਥੇ ਮੌਜੂਦ ਨੇ, ਹੋਰ ਵੀ ਬੜੇ ਪਤਵੰਤੇ ਸੱਜਣ, ਬੜੇ ਬੜੇ ਲੀਡਰ, ਬੜੀਆਂ ਹਸਤੀਆਂ ਮੌਜੂਦ ਨੇ, ਅਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਕੋਈ ਮੇਰੇ ਲੈ ਕਹਿਣੀ ਬਚ ਗਈ ਹੋਵੇ, ਪਰ ਮੈਂ ਬਹੁਤ ਥੋੜ੍ਹਾ ਸਮਾਂ ਹੀ ਲਊਂਗਾ। ਦੇਖੋ, ਸਾਡਾ ਜਦੋਂ ਕੋਈ ਮਾਰਿਆ ਜਾਂਦਾ ਅਸੀਂ ਉਹਨੂੰ ਸ਼ਹੀਦ ਕਹਿ ਦਿੰਦੇ ਹਾਂ, ਚਲੋ ਸ਼ਹੀਦੀ ਕਹਿਣਾ ਹੁੰਦਾ, ਪਰ ਉਹ ਸਾਡੇ ਕਤਲ ਕਰਦੇ ਨੇ। ਕੋਈ ਬੰਦਾ ਸਾਡਾ ਖੁਦਕੁਸ਼ੀ ਨਹੀਂ ਕਰਦਾ, ਉਹ ਕਤਲ ਕਰਦੇ ਨੇ ਸਾਡੇ। ਅਤੇ ਸਾਡੇ ਕਤਲ ਜਿਹੜੇ ਨੇ ਮੈਂ ਪਿੱਛੇ ਛੱਡ ਵੀ ਦਿਆਂ, ਸਾਨੂੰ 1947 ਤੋਂ ਬਾਅਦ ਲਗਾਤਾਰ ਸਾਡਾ ਕਤਲ ਕੀਤਾ ਜਾ ਰਿਹਾ। ਸਰਕਾਰ ਕੋਈ ਵੀ ਹੋਵੇ, ਈਵਨ ਦੈਟ ਪ੍ਰਕਾਸ਼ ਸਿੰਘ ਬਾਦਲ ਜਿਹੜਾ ਇੱਕ ਅਕਾਲੀ ਪਾਰਟੀ
ਦੇ ਨਾਂ ਤੇ ਲੀਡਰ ਬਣਿਆ। ਸਿੱਖ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਕਤਲੋਗਾਰ ਉਹਨੇ ਸ਼ੁਰੂ ਕੀਤੀ। ਸਾਡੇ ਕਾਲਜਾਂ ਦੇ ਮੁੰਡਿਆਂ ਨੂੰ ਨੈਕਸਲਾਈਟ ਕਹਿ ਕੇ ਕਤਲ ਕੀਤਾ। ਮੈਂ ਉਹਨਾਂ ਦੇ ਨਾਂ ਭੁੱਲ ਜਾਵਾਂਗਾ, ਮੈਨੂੰ ਚੰਗੀ ਤਰ੍ਹਾਂ ਯਾਦ ਆ ਜਿਹੜੇ ਮੁੰਡੇ ਇਹਨਾਂ ਨੇ ਪੁਲਿਸ ਤੋਂ ਫੜ ਕੇ ਕਤਲ ਕਰਾਏ। ਐਸਾ ਸਿਲਸਿਲਾ ਸ਼ੁਰੂ ਹੋਇਆ, ਅੰਗਰੇਜ਼ਾਂ ਨੇ ਸਾਡੇ ਨਾਲ ਇਸ ਤਰ੍ਹਾਂ ਕਦੀ ਨਹੀਂ ਕੀਤਾ। ਸਾਡਾ ਇੱਕ ਵੀ ਬੰਦਾ ਅੰਗਰੇਜ਼ਾਂ ਨੇ ਫੜ ਕੇ ਕਤਲ ਨਹੀਂ ਕੀਤਾ। ਇਹ ਠੀਕ ਆ ਕੇਸ ਚਲਾ ਕੇ ਝੂਠੇ ਗਵਾਹੀਆਂ ਦੇ ਕੇ ਉਹਨਾਂ ਨੂੰ ਫਾਂਸੀ ਦੇ ਤਖ਼ਤੇ ਤੇ ਚੜਾਇਆ। 99% ਕੁਰਬਾਨੀ ਸਾਡੇ ਸਿੱਖਾਂ ਦੀ ਹੈ ਤੇ ਸਾਡੀ ਕੁਰਬਾਨੀ ਨਾਲ ਹੀ ਇਹ ਮੁਲਕ ਆਜ਼ਾਦ ਹੋਇਆ। ਸਾਨੂੰ ਕੀ ਮਿਲਿਆ? ਫਿਰ ਕਤਲ। ਇਹਨਾਂ ਨੇ ਟ੍ਰੇਨ ਸ਼ੁਦਾ ਕਾਂਗਰਸ ਪਾਰਟੀ ਦੇ ਜਿਹੜੇ ਆਰਐਸਐਸ ਦੇ ਮੈਂਬਰ ਸਨ ਉਹਨਾਂ ਨੇ ਟ੍ਰੇਨ ਸ਼ੁਦਾ ਇੱਕ ਹਿੰਦੂਆਂ ਦੀ ਮੁੰਡਿਆਂ ਦੀ ਪਾਰਟੀ ਬਣਾਈ, ਮੁਰਗੀਆਂ ਵੱਢਣ ਤੱਕ ਤੇ ਇਹੋ ਜਿਹੇ ਤੋਂ ਕਰਾਇਆ। ਸਭ ਤੋਂ ਪਹਿਲਾਂ 1947 'ਚ ਅੰਮ੍ਰਿਤਸਰ ਗੱਡੀ ਵੱਢੀ ਗਈ, ਮੁਸਲਮਾਨਾਂ ਦੀ ਗੱਡੀ ਵੱਢ ਕੇ ਇੱਕ ਡਰਾਈਵਰ ਹੀ ਛੱਡਿਆ, ਔਰਤਾਂ ਦੀਆਂ ਛਾਤੀਆਂ ਤੱਕ ਵੱਢ ਕੇ ਇਹਦੇ ਉੱਤੇ ਲਿਖ ਕੇ ਭੇਜਿਆ ਵੀ ਹਿੰਦੁਸਤਾਨ ਸੇ ਲੜਨਾ ਸਿੱਖੋ। ਉਹ ਗੱਡੀ ਜਦੋਂ ਲਾਹੌਰ ਗਈ ਤੇ ਉੱਥੇ ਮੁਸਲਮਾਨਾਂ ਵਿੱਚ ਸਾਡੀ ਵੱਢ ਘੱਟ ਸ਼ੁਰੂ ਕਰਤੀ। ਸਾਡੇ ਅਸੀਂ ਖੁਦ ਮੇਰੇ ਵੱਡ ਵਡੇਰੇ ਉੱਥੋਂ ਹੀ ਆਏ ਆ, ਪਾਕਿਸਤਾਨ ਤੋਂ ਹੀ ਆਏ ਆ। ਮੈਂ ਆਪਣੇ ਦਾਦੇ ਤੋਂ, ਤਾਏ ਤੋਂ, ਪਿਓ ਤੋਂ, ਮਾਂ ਤੋਂ, ਦਾਦੀ ਤੋਂ ਉਹ ਕਹਾਣੀਆਂ ਸੁਣੀਆਂ ਨੇ। ਉਹ ਇਸ ਚੀਜ਼ ਦਾ ਹਿੱਸਾ ਰਹੇ ਨੇ ਤੇ ਉਹ ਇੰਨਾ ਕਿਉਂ ਕੀਤਾ? ਮੇਨ ਗੱਲ ਕੀ ਆ, ਸਾਡੇ ਚ ਸਭ ਤੋਂ ਵੱਡੀ ਕਮਜ਼ੋਰੀ ਕੀ ਆ? ਅਸੀਂ ਭਾਵਕ ਹੋ ਕੇ ਗਲਤ ਲੀਡਰ ਚੁਣਨੇ ਆ। ਸਾਡੇ ਲੀਡਰ ਸ਼ੁਰੂ ਤੋਂ ਹੀ ਗਲਤ ਰਹੇ ਆ। ਕੁਛ ਚਿਰ ਬੰਦਾ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਤੇ ਕੁਛ ਉਹਨਾਂ ਯੋਧਿਆਂ ਨੂੰ ਛੱਡ ਦਈਏ, ਸਾਨੂੰ ਲੀਡਰ ਨਹੀਂ ਮਿਲਿਆ। ਜੇ ਸਿਮਰਨਜੀਤ ਸਿੰਘ ਮਾਨ ਨੇ ਇੱਕ DAG ਦਾ ਅਹੁਦਾ ਛੱਡ ਕੇ ਰਿਜ਼ਾਈਨ ਕੀਤਾ, ਉਹਨਾਂ ਨੂੰ ਤੁਹਾਨੂੰ ਵੀ ਪਤਾ ਕਿਵੇਂ ਨੇਪਾਲ ਜਾਂਦਿਆਂ ਅਰੈਸਟ ਕਰ ਲਿਆ ਗਿਆ, ਉਹਨਾਂ ਤੇ ਤਸ਼ੱਦਦ ਹੋਇਆ, ਜੇਲ੍ਹਾਂ 'ਚ ਰੱਖਿਆ। ਸਾਡੇ ਮਾਝੇ ਵਾਲੇ ਭਰਾਵਾਂ ਨੇ ਤਰਨ ਤਾਰਨ ਤੋਂ ਉਹਨੂੰ ਬਹੁਤ ਸੰਮਤੀ ਨਾਲ ਉਹਨਾਂ ਨੂੰ ਜਿਤਾਇਆ। ਪਰ ਮੈਨੂੰ ਚੰਗੀ ਤਰ੍ਹਾਂ ਯਾਦ ਆ, ਮੈਨੂੰ ਕਿਉਂ, ਮੈਂ ਖੁਦ ਪੁਲਿਸ 'ਚ ਨੌਕਰੀ ਕੀਤੀ ਆ ਤੇ ਆਪਣੀਆਂ ਅੱਖਾਂ ਨਾਲ ਸਭ ਕੁਛ ਦੇਖਿਆ। ਇਹਨਾਂ ਕੋਲ ਬਾਈਕਾਟ ਕਰਾਇਆ ਗਿਆ ਜਦੋਂ ਇਲੈਕਸ਼ਨ ਹੋਣੀ ਸੀ, ਇਹਨਾਂ ਕੋਲ ਬਾਈਕਾਟ ਕਰਾਇਆ ਗਿਆ। ਇਹ ਹੁਣ ਲੰਮੀ ਗੱਲ ਆ, ਮੈਂ ਬਹੁਤ ਅੱਗੇ ਨਹੀਂ ਜਾਵਾਂਗਾ। ਤੇ ਅੱਜ ਦੀ ਜੇ ਗੱਲ ਕਰੀਏ, ਅੰਮ੍ਰਿਤਪਾਲ ਕੀ ਗਲਤ ਕਰ ਰਿਹਾ ਸੀ? ਉਹ ਗਲਤ ਇਹ ਕਰ ਰਿਹਾ ਸੀ, ਪਿੰਡਾਂ 'ਚ ਜਾ ਕੇ, ਇਲਾਕੇ 'ਚ ਜਾ ਕੇ ਨਸ਼ੇ ਛਡਾ ਰਿਹਾ ਸੀ। ਨਸ਼ੇ ਕਿੰਨੇ ਲਿਆਂਦੇ? ਨਸ਼ੇ ਇਹਨਾਂ ਸਿਆਸੀ ਲੋਕਾਂ ਨੇ ਲਿਆਂਦੇ। ਸਾਡਾ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਢੰਗ ਨਾਲ ਕਤਲੇਆਮ ਹੋ ਰਿਹਾ। ਕੋਈ ਵੀ ਜੋ ਆ 84 ਤੋਂ ਬਾਅਦ ਕੋਈ ਵੀ ਗੈਰਤਮੰਦ ਨੌਜਵਾਨ ਸਾਡਾ ਛੱਡਿਆ ਨਹੀਂ, ਪੁਲਿਸ ਨੇ ਫੜ ਫੜ ਮਾਰੇ ਤੇ ਹੁਣ ਵੀ ਉਹ ਸਿਲਸਿਲਾ ਜਾਰੀ ਆ। ਗੈਂਗਸਟਰਾਂ ਦੇ ਨਾਂ ਤੇ ਕਤਲ ਹੋ ਰਿਹਾ, ਨਸ਼ੇ ਦੇ ਕੇ ਸਾਡੇ ਲੋਕ ਮਾਰੇ ਜਾ ਰਹੇ ਆ। ਦੂਜੀ ਗੱਲ ਆ, ਜਿਹੜਾ ਮਾਂ ਹੈਗਾ ਭਗਵੰਤ ਮਾਨ ਚੁਟਕਲੇ ਬਾਜਿਆ, ਇਹ ਕੋਈ ਕਾਬਲੀਅਤ ਨਾਲ ਮੁੱਖ ਮੰਤਰੀ ਨਹੀਂ ਬਣਿਆ। ਅਸੀਂ ਅੱਕ ਗਏ ਸਾਂ, ਅਸੀਂ ਅੱਕ ਕੇ, ਸਾਡੇ ਕੋਲ ਆਪਸ਼ਨ ਹੀ ਨਹੀਂ ਸੀ। ਆਪਸ਼ਨ ਨਾ ਹੋਣ ਦੇ ਬਾਅਦ ਅਸੀਂ ਸਾਰਿਆਂ ਲੋਕਾਂ ਇਹਨੂੰ ਵੋਟਾਂ ਪਾਈਆਂ ਤੇ ਇਹਨੂੰ ਮੁੱਖ ਮੰਤਰੀ ਬਣਾਇਆ। ਇਹ ਮੁੱਖ ਮੰਤਰੀ ਬਣਦਿਆਂ ਹੀ ਸੈਂਟਰ ਤੇ ਕੇਜਰੀਵਾਲ ਦੇ ਟਪੁੱਸੀਆਂ ਮਾਰਨ ਲੱਗ ਪਿਆ। ਇੱਕ ਇਹੋ ਜਿਹੇ ਨੱਚਣ ਗਾਉਣ ਵਾਲੇ ਬੰਦੇ ਰਾਜ ਕਰ ਸਕਦੇ ਆ? ਇੱਕ ਅਨਪੜ੍ਹ ਜਿਹਾ ਬੰਦਾ ਚੁਟਕਲੇ ਬਾਜ ਉੱਥੇ ਬਹਿ ਗਿਆ ਤੇ ਇਹਨੇ ਆਉਂਦਿਆਂ ਹੀ ਸਿੱਖਾਂ ਤੇ ਤਲਵਾਰ ਫੜ ਲਈ। ਹੁਣ ਵੀ ਜੇ ਬਾਜ ਨਾ ਆਇਆ, ਜੇ ਸਾਡੇ ਇਹਨਾਂ ਬੰਦਿਆਂ ਨੂੰ ਰਿਹਾ ਨਾ ਕੀਤਾ ਗਿਆ, ਇਹ ਉਹ ਹਾਲਤ ਹੋਏਗੀ ਜਿਹੜੀ ਇਹਨੇ ਸੁਪਨੇ 'ਚ ਨਹੀਂ ਸੋਚੀ ਹੋਣੀ। ਇਹਨਾਂ ਬਾਣੀਆਂ ਤੇ ਕਰਾੜਾਂ ਨੇ ਹਮੇਸ਼ਾ ਹੀ ਸਾਨੂੰ ਨਗੂਣੇ ਜਾਣਿਆ ਜਾਂ ਕਤਲ ਕੀਤਾ, ਕਤਲ ਐ ਨਹੀਂ ਅਸੀਂ ਸ਼ਹੀਦੀਆਂ ਦਿੰਦੇ ਰਹਾਂਗੇ, ਅਸੀਂ ਬਦਲਾ ਲਵਾਂਗੇ। ਤੇ ਇਹ ਅੱਗੇ ਸਾਫ ਹੀ ਆ, ਮੈਂ 5-7 ਮੁੱਖ ਮੰਤਰੀ ਗਿਣਦਿਆਂ ਤੇ ਜਿਹੜੇ 1947, ਚਲੋ ਮੈਂ ਤੇ ਬਹੁਤ ਬਾਅਦ ਜੰਮਿਆ, 47 ਤੋਂ ਬਾਅਦ ਹੋਏ ਆ, ਉਹਨਾਂ 'ਚ ਤੁਸੀਂ ਦੇਖ ਲਓ ਵੀ ਕੈਰੋਂ ਜਿਹੜਾ ਚੰਗਾ ਮੁੱਖ ਮੰਤਰੀ ਸੀ ਉਹ ਮਰਿਆ ਕਿਉਂ? ਉਹਨੇ ਇੱਕ ਨਜਾਇਜ਼ ਨੂੰ ਫਾਂਸੀ ਕਰਾਈ ਸੀ ਬਦਲਾ ਲੈਣ ਲਈ। ਮੈਨੂੰ ਨਾ ਭੁੱਲ ਗਿਆ ਉਸਦਾ ਇੱਕ ਪੜ੍ਹਿਆ ਲਿਖਿਆ ਬੰਦਾ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਸੀ, ਇਹਨਾਂ ਦਾ ਘਰ ਰਹਿੰਦਾ ਸੀ, ਸਪੋਰਟਰ ਸੀ, ਉਹਨੇ ਕਤਲ ਕੀਤਾ ਸੀ ਇਹਨੂੰ।
ते कतल ता कीता सी भी ओदा यार जेड़ा ने फांसी दवाया सी ते बेंत सिंह किवें मरिया इन्हें मुंडे साडे फटफट मरवाए सी ते किवें ठोकिया एक गां भुल जे तीन महीने बाद जदों इन्हें जदों इहदी सरकार वेख ली तिना महीनिया बाद मान साहब ने इहनूं पुट्ठे परने मारिया सी इह पिंड च नहीं बण जोगा रहेगा। इस करके मैं दोबारा बेनती करूंगा इत्थे बैठिया एजेंसियां नूं ते उहनां नूं जिहड़े तुसीं दफ्तरां च बह के उत्थे बड़े बड़ियां स्कीमां बणाउंदे जे इह तुहाडियां कदी कामयाब नहीं होणियां ते असीं सदा कतल करवा के अपने बच्चे ते शहीदी दिहाड़े नहीं मनाउंदे रहांगे। असीं तुहाडे नाल लड़के मरांगे बदला लवांगे असीं तुहाडे को जिहड़े सिक्खी भेज च कुछ लोग इस कौम च लीडर च वड़े आ उन्हां सब तो ज्यादा साडा घाण कीता इन्हां ने श्रोमणी कमेटी नूं इक खाण दा जरिया बनाया जो कुकर्म इत्थे हुंदे आ मैं इत्थे तुहाडे अगे नहीं करांगा विद सबूत मैं दस सकदा। इस करके ज्यादा ना बोलदा होया मैं इस सरकार नूं भावे सेंटर दी आ भावे अपील करदा कि जिथे जिथे बार्डर ते साडे सिखां दे मुंडे लगे आ सारियां नूं इह पीड़िया जे मेरे वर्गे मरे बंदे नूं पीड़िया ना ते मेरे नूं सारे ही स्ट्रोंग ते तगड़े ने सारियां नूं दर्द आ। मत भुलो भी अहीं चाइना ते पाकिस्तान नाल गल्लां सिद्धियां करांगे मौका मिलिया ते अहीं तुहाडे नाल सिद्धियां करांगे ऐ नहीं असीं अपने बच्चियां नूं नहीं मरन देंगे। तुसीं पहलां सारी दुनिया हुण जाणदी है बाहरले देशां जाके तुसीं कतल कराउंदे हो इत्थे तुसीं कतल कराउंदे हो असि यह बिल्कुल बर्दाश्त नहीं करा नासी तू दे देंगे थोड़े एना कुछ कहना होया कोई मेरे को वध घट ही मैं बड़ी निम्रता ना माफी मांगना मैं उम्मीद है तुसी मैं माफ कर दोगे मेरी सेहत अलाउ नहीं करती पर मैं जे साडा एक भी जी इत्थे मरण वरते बैठा जे उहदी जान गई तो दूजा मैं बवांगा तो मैं कभी नहीं उठागा मेरी लाश ही उठूगी। बोलो श्री गुरु वाहेगुरु जी का खालसा वाहेगुरु जी की फतेह।